के भगवंत मान दे जेड़े कुछ व्यक्ति आ ਉਹ ਮੈਨੂੰ ਐਵੇਂ ਤੰਗ ਪਰੇਸ਼ਾਨ ਕਰਦੇ ਆ ਕਿ ਤੂੰ ਭਾਈ ਐ ਬੋਲਿਆ ਯੋਂ ਬੋਲਿਆ ਆ ਬੋਲਿਆ ਮੈਂ ਉਹਦਾ ਵੀ ਤੁਹਾਨੂੰ ਦੱਸਦਾ ਕਿ ਆਹ ਚੀਜ਼ ਦਾ ਸਬੂਤ ਲਿਆਓ ਉਹ ਚੀਜ਼ ਦਾ ਸਬੂਤ ਲਿਆਓ ਪਹਿਲਾਂ ਹੁਣ ਮੈਂ ਗੱਲ ਇਹ ਕਰਨ ਲੱਗਾ ਜਦੋਂ ਪੰਜਾਬ ਦੇ ਵਿੱਚ ਪਾਣੀ ਆਇਆ ਹੋਇਆ ਸਾਰਿਆਂ ਨੂੰ ਪਤਾ ਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਨੌਜਵਾਨ ਨੇ ਜਾ ਕੇ ਭਗਵੰਤ ਮਾਨ ਨੂੰ ਦੋ ਸਵਾਲ ਪੁੱਛਿਆ ਇੱਕ ਦਾ ਵੀ ਉਹਨੇ ਜਵਾਬ ਨਹੀਂ ਦਿੱਤਾ ਹੋ ਸਕਦਾ ਮੀਡੀਆ ਨੇ ਵੀਡੀਓ ਇੰਨੀ ਲਾਈ ਹੋਵੇ ਜਵਾਬ ਕੋਈ ਦਿੱਤਾ ਹੋਵੇ ਪਰ सारे चैनलों ते वेखी जाने आ ओह नौजवान दा दो गल्लां दा जवाब नहीं दिता ते जेड़े उत्थे अगे पिछे भगवंत मान दे खड़े सी कोई तां भगवंत मान दे नाल आए होणगे कुछ जिवें मेरे अर्गे जेड़े पिंडां चों कट्ठे हो जांदे आ ओह कह नहीं जी नहीं भगवंत मान जिंदाबाद इह जिंदाबाद तां करदे हुंदे आ इहनां नूं लगदा हुंदा कि खौरे असीं भगवंत मान दी वाह वाह करांगे ਤਾਂ ਉੱਥੇ ਸਾਨੂੰ ਕੋਈ ਪਦਮ ਸ਼੍ਰੀ ਅਵਾਰਡ ਦੇ ਜੇ ਭਗਵੰਤ ਮਾਨ ਜਾਂ ਕੋਈ ਕੋਈ ਇਹੋ ਜਿਹਾ ਕੋਈ ਗਿਫਟ ਦੇ ਕੇ ਜਾਵੇ ਤਾਂ ਪਿਆਰੇ ਸੱਜਣੋ ਤੁਹਾਨੂੰ ਕਦੇ ਵੀ ਨਾ ਕਿਸੇ ਮੰਤਰੀ ਨੇ ਗਿਫਟ ਦਿੱਤਾ ਨਾ ਤੁਹਾਨੂੰ ਕੋਈ ਗਿਫਟ ਮਿਲੂਗਾ ਤੁਹਾਨੂੰ ਇੱਕ ਦੁਨੀਆ ਕਿਰਦਾਰ ਦੇ ਦਿੰਦੀ ਆ ਜਿਹਨਾਂ ਆਪਾਂ ਖਾਣੇ ਹੁੰਦੇ ਮੈਂ ਤੁਹਾਨੂੰ ਚਮਚਾ ਨਹੀਂ ਕਹੂੰਗਾ ਯਾਦ ਰੱਖ ਲਓ ਗੱਲ ਤੁਹਾਨੂੰ ਚਮਚਾ ਕਹਿੰਦੇ ਆ ਮੈਂ ਤਾਂ ਜਿਹੜੇ ਇਹਨਾਂ ਦੇ ਵਰਕਰ ਆ ਉਹਨਾਂ ਦੀ ਵੀ ਕਦਰ ਕਰਦਾ ਹੁੰਦਾ ਹੁਣ ਮੈਂ ਇੱਥੇ ਗੱਲ ਇਹ ਕਰਨ ਲੱਗਿਆ ਕਿ ਜਦੋਂ ਭਗਵੰਤ ਮਾਨ ਨੂੰ ਇਹ ਕਿਹਾ ਕਿ ਜੀ ਰਾਜਸਥਾਨ ਨੂੰ ਪਾਣੀ ਕਿਉਂ ਨਹੀਂ ਜਾ ਰਿਹਾ ਆਹ ਕਾਹਤੋਂ ਨਹੀਂ ਹੋ ਰਿਹਾ ਭਗਵੰਤ ਮਾਨ ਨੇ ਲੱਤ ਚੱਕ ਕੇ ਵਿਖਾਤੀ ਕਹਿੰਦਾ ਤੇਰੇ ਨਾਲ ਜਦੇ ਮੈਂ ਲਿਬੜਿਆ ਫਿਰਦਾ ਆਹ ਵੇਖ ਆਖੇ ਆਹ ਵੇਖ ਕਦੇ ਵੇਖਿਆ ਕੋਈ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਲੋਕਾਂ ਦੇ ਪਿੱਛੇ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਨਹੀਂ ਵੇਖਿਆ ਪਿੱਛੋਂ ਐ ਕਹਿਣ ਲੱਗ ਗਏ ਫਿਰ ਹੋਇਆ ਕੀ ਹੁਣ ਭਗਵੰਤ ਮਾਨ ਇਹ ਕਹਿੰਦਾ ਕਿ ਪਹਿਲੀ ਵਾਰੀ ਹੋਇਆ ਕੋਈ ਮੁੱਖ ਮੰਤਰੀ ਪਾਣੀ 'ਚ ਵੜਿਆ ਹੋਵੇ ਤਾਂ ਮੈਂ ਇਹ ਵੀ ਕਹਿਣਾ ਕਿ ਪਹਿਲੀ ਵਾਰੀ ਵੇਖਿਆ ਜਿਹੜਾ ਮੁੱਖ ਮੰਤਰੀ 3-3 ਲੱਖ ਦੇ ਬੂਟ ਪਾਉਂਦਾ ਹੋਵੇ ਹੁਣ ਜਿਹੜਾ 3-3 ਲੱਖ ਦੇ ਬੂਟ ਪਾਉਂਦਾ ਇੱਕ ਬੜੇ ਸਿਆਣਿਆਂ ਦੀ ਕਹਾਵਤ ਤਗੜੀ ਸੀਗੀ ਜਿਨ੍ਹਾਂ ਨੇ ਵੀ ਬੋਲਿਆ ਸੀ ਬਹੁਤ ਸੂਝਵਾਨ ਸੀ ਜਿਨ੍ਹਾਂ ਖਾਧੀਆਂ ਚੋਪੜੀਆਂ ਭਰੇ ਸਹਿਣਗੇ ਦੁੱਖ ਜੇਕਰ ਤੁਸੀਂ ਬੂਟ ਪਾਉਨੇ ਭਾਈ 3-3 ਲੱਖ ਦੇ ਤੇ ਜੇ ਗਾਰੇ ਦੇ ਵਿੱਚ ਫੁੱਟਮਾ ਕਰਾਉਣ ਵਾਸਤੇ ਵੜ ਗਿਆ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਕਿ ਕੋਈ ਤੁਸੀਂ ਚੰਗਾ ਵੀ ਇਹਦੇ ਵਿੱਚ ਮੈਂ ਕਹੂੰਗਾ ਪੰਜਾਬ ਦਾ ਭਲਾ ਵੀ ਕੋਈ ਨਹੀਂ ਤੇ ਤੇਰਾ ਤੁਹਾਡਾ ਨੁਕਸਾਨ ਵੀ ਕੋਈ ਨਹੀਂ ਜੇਕਰ ਤੁਸੀਂ ਫੁੱਟਮਾ ਕਰਾਉਣ ਵਾਸਤੇ ਆਪਦੇ ਵਿੱਚ ਜਾਂਦੇ ਆ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਹੁਣ ਮੈਂ ਆਹ ਚੀਜ਼ ਵਿਖਾ ਰਿਹਾ ਲੋਕਾਂ ਦੀ ਭਾਅ ਦਾ ਹੜ ਆਇਆ ਇਹਦੇ ਭਾਅ ਦੀਆਂ ਤਾਂ ਤੀਆਂ ਨੇ ਤੇ ਆਹ ਵੇਖੋ ਭਗਵੰਤ ਮਾਨ ਜੀ ਵਿੱਚ ਬੜੇ ਗਾਰੇ ਦੇ ਸਾਰੇ ਵੱਡੇ ਬਈ ਤੇ ਆਹ ਵੇਖੋ ਕੈਮਰੇ ਕੂਮਰੇ ਵਾਲੇ ਚੰਗੇ ਆ ਵੇਖੋ ਇੱਕ ਤਾਂ ਬਿਲੀ ਤਗੜਾ ਬੜਾ ਕੈਮਰਾ ਇੱਡਾ ਤੇ ਲੋਕੀ ਮੂਵੀਆਂ 'ਚ ਵੀ ਲੈ ਕੇ ਜਾਂਦੇ ਜਿੱਦਾਂ ਇੱਥੇ ਲਈ ਫਿਰਦਾ ਭਗਵੰਤ ਮਾਨ ਨਾਲ ਇੱਕ ਆਹ ਵੇਖੋ ਤੁਸੀਂ ਫੁੱਟਮਾ ਉਵੇਂ ਬਾ ਕੇ ਭਗਵੰਤ ਮਾਨ ਨੂੰ ਗਾਰੇ ਦੀਆਂ ਫੋਟੋ ਪਾ ਰਹੇ ਆ ਪਹਿਲਾ ਨੰਬਰ ਤੇ ਵੀ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਆ ਕਿ ਜਿਹੜੇ ਤੁਹਾਡੇ ਕੋਈ ਵੀ ਪਾਰਟੀ ਦੇ ਕੋਈ ਵਰਕਰ ਆ ਕਿਸੇ ਵੀ ਪਾਰਟੀ ਦੇ ਸਾਰਿਆਂ ਨੂੰ ਬੇਨਤੀ ਕਰ ਰਿਹਾ ਤੁਸੀਂ ਪਾਣੀ 'ਚ ਨਾ ਜਾਓ ਪਾਣੀ 'ਚ ਜਾ ਕੇ ਤੁਸੀਂ ਕਿਸੇ ਨੂੰ ਕੁਛ ਫੜਾਤਾ ਕਦੇ ਕੁਛ ਫੜਾਤਾ ਇਹ ਹਾਨੀਕਾਰਕ ਚੀਜ਼ ਆ ਕਿਉਂਕਿ ਤੁਹਾਨੂੰ ਇਹ ਚੀਜ਼ ਦਾ ਕੋਈ ਤਜਰਬਾ ਨਹੀਂ ਜਾਂ ਤੋਂ ਹੋਵੇ ਵੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਾਂ MLA ਬਣਨ ਤੋਂ ਪਹਿਲਾਂ ਇੱਕ ਪੋਸਟ ਆਉਂਦੀ ਹੋਵੇ ਕੋਈ ਟੈਸਟ ਲਿਆ ਜਾਂਦਾ ਹੋਵੇ ਵੀ ਪਹਿਲਾਂ ਤਰਕੇ ਵਿਖਾਓ ਪਾਣੀ ਦੇ ਵਿੱਚ ਉਹ ਤਰਦਾ ਹੋਊਗਾ ਭਾਈ ਸਾਹਿਬ ਇਹਦੇ ਵਾਸਤੇ ਆਪਣੇ ਸਪੈਸ਼ਲ ਜਿਹੜੇ ਡਿਪਾਰਟਮੈਂਟ ਹੁੰਦੇ ਆ ਤੁਸੀਂ ਉਹ ਡਿਪਾਰਟਮੈਂਟ ਨੂੰ ਕਹੋ ਜਿਹੜਾ ਕਿਸ਼ਤੀਆਂ ਲੈ ਕੇ ਜਾਵੇ ਔਰ ਖਾਣਾ ਸਿਰ ਸਮੇਂ ਪਹੁੰਚਾ ਸਕੇ ਤੁਹਾਨੂੰ ਕੋਈ ਕੱਲ ਨੂੰ ਹਾਨੀ ਨਾ ਪਹੁੰਚੇ ਇਹ ਮੇਰੀ ਬੇਨਤੀ ਆ ਐਵੇਂ 2 ਬੋਤਲਾਂ ਤੁਸੀਂ ਪਾਣੀ ਦੀਆਂ ਤੁਹਾਡਾ ਕੋਈ ਵੀ ਲੀਡਰ ਜਾਵੇ ਮੈਂ ਸਾਰੀਆਂ ਪਾਰਟੀਆਂ ਨੂੰ ਕਹਿ ਰਿਹਾ ਕਿਸੇ ਇਕੱਲੇ ਪਾਰਟੀ ਨੂੰ ਨਹੀਂ ਕਹਿ ਰਿਹਾ ਕਿ ਉਹ 2-3 ਬੋਤਲਾਂ ਫੜਾਉਣ ਪਿੱਛੇ ਆਪਦੀ ਵੀ ਜਾਨ ਖਤਰੇ 'ਚ ਪਾਉਂਦਾ ਇਹਦੇ ਨਾਲ ਉਹ ਕੀ ਚੱਕਰਾ ਕਿ ਜਿਹੜੇ ਸਾਡੇ ਭਰਾ ਜਾਂ ਜਿਹੜਾ ਸਾਡੇ ਡਿਪਾਰਟਮੈਂਟ ਆ ਇਹਨਾਂ ਕੰਮਾਂ ਦੇ ਵਿੱਚ ਅਕਸਰ ਹੀ ਰਹਿੰਦੇ ਆ ਤੁਸੀਂ ਉਹਨਾਂ ਨੂੰ ਮੈਂ ਮਾਫੀ ਚਾਹੁੰਦਾ ਜੇਕਰ ਕੁਝ ਮੈਂ ਗਲਤ ਬੋਲਦਾ ਵਾਂ ਕਿਸ਼ਤੀਆਂ ਚਲਾਉਣੀਆਂ ਤੁਸੀਂ ਉਹਨਾਂ ਨੂੰ ਫੜਾਓ ਸੱਦੋ ਡਿਪਾਰਟਮੈਂਟ ਸਾਰੇ ਤਾਂ ਕਿ ਪੰਜਾਬ ਦੀ ਮਦਦ ਕਰ ਸਕਣ ਹੁਣ ਮੈਂ ਭਗਵੰਤ ਮਾਨ ਨੂੰ ਇਹ ਵੀ ਕਹਿਣਾ ਕਿ ਤੁਸੀਂ ਤਾਂ ਇੱਕ ਬਿਆਨ ਦੇਤਾ ਵੀ ਅੱਜ ਕਿਉਂ ਨਹੀਂ ਰਾਜਸਥਾਨ ਪਾਣੀ ਮੰਗਦਾ ਅੱਜ ਕਿਉਂ ਨਹੀਂ ਹਰਿਆਣਾ ਪਾਣੀ ਮੰਗਦਾ ਅੱਜ ਐ ਕਿਉਂ ਨਹੀਂ ਹੁੰਦਾ ਖੁਦ ਤੁਸੀਂ ਗੱਲ ਕਹਿਤੀ ਆ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਰਾਜਸਥਾਨ ਹਰਿਆਣਾ ਇੱਕ ਸਾਈਡ ਤੇ ਰੱਖ ਦੋ ਪਹਿਲੇ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਪਾਣੀ ਤਾਂ ਤੁਹਾਡਾ ਕੇਜਰੀਵਾਲ ਵੀ ਮੰਗਦਾ ਕਿਉਂ ਨਹੀਂ ਰਾਘਵ ਚੱਡਾ ਰਾਜ ਸਭਾ ਦੇ ਵਿੱਚ ਆਵਾਜ਼ ਉਠਾਉਂਦਾ ਕਿ ਪੰਜਾਬ ਡੁੱਬ ਰਿਹਾ ਭਾਈ ਪੰਜਾਬ ਨੂੰ ਸਹਾਰਾ ਲਾਓ ਹੁਣ ਇਸ ਟਾਈਮ ਮੈਂ ਸਕਰੀਨਸ਼ਾਟ ਲਏ ਸੀਗੇ ਉਹ ਵੀਡੀਓ ਮੈਥੋਂ ਗਵਾਚ ਗਈ ਆ ਮੈਂ ਤੁਹਾਨੂੰ ਉਹ ਸਕਰੀਨਸ਼ਾਟ ਵਿਖਾਉਣਾ ਕਿਸੇ ਪੇਜ ਨੇ ਪਾਇਆ ਹੋਇਆ ਕੋਈ ਸੱਜਣਾ ਜਿਹੜਾ ਪੇਜ ਤੇ ਉਹ ਲਾਈਵ ਹੋਇਆ ਮਤਲਬ ਉਹ ਲਾਈਵ ਹੋਇਆ ਸੀ ਤੇ ਮੈਂ ਸਕਰੀਨਸ਼ਾਟ ਕੀਤੇ ਆ ਇਹ ਆ ਗਿਆ ਸਕਰੀਨਸ਼ਾਟ ਇਹ ਹਰੀਕੇ ਤੋਂ ਨਿਕਲਣ ਵਾਲੀਆਂ ਨਹਿਰਾਂ ਨੂੰ ਪੰਜਾਬ ਨੇ ਬੰਦ ਕੀਤਾ ਹੈ
गलत नहीं कुछ बोल रहे, हरीके तो निकलने वाली है। राजस्थान ने नहीं, राजस्थान विच बरसात है नहीं, राजस्थान नू पानी दी अत दी लोड़ आ, मतलब बहुत लोड़ आ नू। अज सूरतगढ़ तो कल घग्गर दरिया का पानी राजस्थान नहर विच कट ला के पाया जा रहा है, क्योंकि क्योंकि नहर बंद है। नहरा बंद होने का कारण कोई नहीं दस रहा, बल्कि राजनीति की जा रही है। दरअसल नहरा दे नक्के उच्चे रखे जाते हैं, तुसी आप पढ़ लो बाकी दरियावां दा बह नीवा कीता गया। मतलब इन्हें दस दिता कि भाई साहब हुण स्क्रीनशॉट मेरे को जांदा रहा, संत वीर सिंह मोहानपुरा पाया, GKS पाया होया, ए पेसी भाई साहब दा, जिन्होंने ए कोई नहर पता नहीं है वाजदी नहर वाजदी सी, इंदिरा नहर, इंदिरा गांधी नहर, ओ नहर तोड़ी तोड़ी जांदे सीगे। हुण मैं तुहानू ए कहना कि इत्थे दा पोस्ट ए पा रहे आ वी ओ राजस्थान च पानी है नहीं गा, ते तुसी कह रहे हो राजस्थान नू, हुण राजस्थान दे विच पानी है नहीं, मीह उत्थे आया नहीं, पानी तो उत्थे चाहिदा चाहिदा। मैं कुछ पंजाब दे लोको कुछ गल गलत कर रहा वा, तां मैं हथ बन के माफी चाहुंदा।